ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਛੇਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 5 ਧਰਤੀ ਦੇ ਪ੍ਰੀ ਮੰਡਲ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਹੀਟ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਧਰ ਮੰਡਲ ਕਿਸ ਨੂੰ ਆਖਦੇ ਹਨ ਉੱਤਰ थालमण्डल ਤੋਂ ਭਾਗ ਧਰਤੀ ਦੇ ਭੂਮੀ ਵਾਲੇ ਭਾਗ ਤੋਂ ਹੈ ਜਿਸ ਵਿੱਚ ਉੱਚੇ ਪਹਾੜ, ਡੂੰਘੀਆਂ ਘਾਟੀਆਂ, ਵਿਸ਼ਾਲ ਮੈਦਾਨ ਅਤੇ ਪਠਾਰ ਸ਼ਾਮਲ ਹਨ। ਪ੍ਰਸ਼ਨ ਨੰਬਰ 2 ਧਰਤੀ ਤੇ ਪ੍ਰਮੁੱਖ ਭੂ-ਰੂਪਾਂ ਦੇ ਨਾਮ ਲਿਖੋ। ਉੱਤਰ ਧਰਤੀ ਤੇ ਪ੍ਰਮੁੱਖ ਭੂ-ਰੂਪ ਹਨ ਨੰਬਰ 1 ਪਹਾੜ, ਨੰਬਰ 2 ਪਠਾਰ, ਨੰਬਰ 3 ਮੈਦਾਨ। ਪ੍ਰਸ਼ਨ ਨੰਬਰ 3 ਪਰਬਤ ਲੜੀ ਕਿਸ ਨੂੰ ਆਖਦੇ ਹਨ ਉੱਤਰ ਪਹਾੜਾਂ ਦੇ ਉਹ ਥਲ ਰੂਪ ਜੋ ਆਪਣੇ ਆਲੇ ਦੁਆਲੇ ਸਥਲ ਤੋਂ ਉੱਚੇ ਬਖੀਆਂ ਤੋਂ ਟੌਟ ਲਾਣਦਾਰ ਅਤੇ ਉੱਪਰਲੇ ਸਿਰਿਆਂ ਤੋਂ ਤਕੋਣੇ ਹੁੰਦੇ ਹਨ ਇਹ ਆਮ ਕਰਕੇ ਧਰਤੀ ਤੇ ਇੱਕ ਲੜੀ ਦੇ ਰੂਪ ਵਿੱਚ ਹੁੰਦੇ ਹਨ ਇਹਨਾਂ ਨੂੰ ਪਰਬਤ ਲੜੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 4 ਬਾਜੂ ਮੰਡਲ ਜੀਵਨ ਪ੍ਰਣਾਲੀ ਨੂੰ ਜਿਉਣ ਵਿੱਚ ਕਿਵੇਂ ਸਹਾਇਤਾ ਕਰਦਾ ਹੈ ਉੱਤਰ ਨੰਬਰ 1 ਬਾਜੂ ਮੰਡਲ ਤੋਂ ਆਕਸੀਜਨ ਲੈ ਕੇ ਜੀਵ ਸਾਹ ਲੈਂਦੇ ਹਨ ਨੰਬਰ 2 ਬਾਜੂ ਮੰਡਲ ਵਿੱਚ ਨਹੀਂ ਨਾਈਟ੍ਰੋਜਨ ਗੈਸ ਜੀਵਾਂ ਸੰਜੀਵਾਂ ਦੇ ਵਧਣ ਫੁੱਦਣ ਵਿੱਚ ਸਹਾਇਤਾ ਕਰਦੀ ਹੈ ਨੰਬਰ 3 ਬਾਜੂ ਮੰਡਲ ਤੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਪੌਦੇ ਆਪਣਾ ਭੋਜਨ ਬਣਾਉਂਦੇ ਹਨ ਪ੍ਰਸ਼ਨ ਨੰਬਰ 5 ਮੇਜਪੂ ਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ ਉੱਤਰ ਮੇਜ਼ਪੂਰੂਪ ਪਠਾਰ ਨੂੰ ਆਖਦੇ ਹਨ ਕਿਉਂਕਿ ਇਸ ਦਾ ਉਪਰਲਾ ਸਿਰਾ ਮੇਜ਼ ਦੀ ਤਰ੍ਹਾਂ ਪੱਧਰਾ ਹੁੰਦਾ ਹੈ। ਪ੍ਰਸ਼ਨ ਨੰਬਰ 6 ਜਲ ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ? ਉੱਤਰ ਨੰਬਰ 1 ਜਲ ਮੰਡਲ ਤੋਂ ਮਨੁੱਖਾਂ, ਜੀਵ ਜੰਤੂਆਂ ਅਤੇ ਪੇੜ ਪੌਦਿਆਂ ਨੂੰ ਪਾਣੀ ਪ੍ਰਾਪਤ ਹੁੰਦਾ ਹੈ ਜੋ ਕਿ ਉਹਨਾਂ ਦੇ ਜਿਉਂਦੇ ਰਹਿਣ ਲਈ ਬਹੁਤ ਜ਼ਰੂਰੀ ਹੈ। ਨੰਬਰ 2 ਜਲ ਮੰਡਲ ਵਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ। ਨੰਬਰ 3 ਇਸ ਤੋਂ ਇਲਾਵਾ ਦਰਿਆ, ਝੀਲਾਂ ਅਤੇ ਸਾਗਰ ਮੱਛੀਆਂ ਦੇ ਰੂਪ ਵਿੱਚ ਮਨੁੱਖ ਨੂੰ ਭੋਜਨ ਪ੍ਰਦਾਨ ਕਰਦੇ ਹਨ। ਪ੍ਰਸ਼ਨ ਨੰਬਰ 7 ਮਹਾਦੀਪ ਕਿਸ ਨੂੰ ਆਖਦੇ ਹਨ? ਉੱਤਰ ਧਰਤੀ ਦੇ ਉਹ ਵੱਡੇ ਭਾਗ ਜਿਹੜੇ ਤਿੰਨ ਜਾਂ ਚਾਰ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੁੰਦੇ ਹਨ ਮਹਾਦੀਪ ਆਖਵਾਉਂਦੇ ਹਨ। ਪ੍ਰਸ਼ਨ ਨੰਬਰ 8 ਧਰਤੀ ਤੇ ਕਿੰਨੇ ਮਹਾਦੀਪ ਹਨ ਇਹਨਾਂ ਦੇ ਨਾਮ ਲਿਖੋ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਉੱਤਰ ਹੈਗੇ ਬੱਚਿਓ ਧਰਤੀ ਤੇ 7 ਮਹਾਦੀਪ ਹਨ ਇਹ ਹੈਗੇ ਨੇ ਏਸ਼ੀਆ ਅਫਰੀਕਾ ਯੂਰਪ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਆਸਟ੍ਰੇਲੀਆ ਅੰਟਾਰਕਟਿਕਾ ਠੀਕ ਹੈ ਸਭ ਤੋਂ ਵੱਡਾ ਮਹਾਦੀਪ ਏਸ਼ੀਆ ਹੈ ਪ੍ਰਸ਼ਨ ਨੰਬਰ 9 ਮਹਾਸਾਗਰਾਂ ਦੇ ਨਾਮ ਦੱਸੋ ਗਲੋਬ ਤੇ ਮਹਾਸਾਗਰਾਂ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ਉੱਤਰ ਸੰਸਾਰ ਤੇ ਚਾਰ ਮਹਾਸਾਗਰ ਹਨ ਸ਼ਾਂਤ ਮਹਾਸਾਗਰ ਅੰਧ ਮਹਾਸਾਗਰ ਹਿੰਦ ਮਹਾਸਾਗਰ ਆਰਕਟਿਕ ਆਰਕਟਿਕ ਮਹਾਸਾਗਰ ਤੇ ਗਲੋਬ ਤੇ ਮਹਾਸਾਗਰਾਂ ਨੂੰ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ ਪ੍ਰਸ਼ਨ ਨੰਬਰ 10 ਜੀਵ ਮੰਡਲ ਕਿਸ ਨੂੰ ਆਖਦੇ ਹਨ ਇਸ ਬਾਰੇ ਸੰਖੇਪ ਜਾਣਕਾਰੀ ਦਿਓ ਉੱਤਰ ਧਰਤੀ ਤੇ ਧਰਤੀ ਦੇ ਜਿਸ ਰੂਪ ਧਰਤੀ ਦੇ ਜਿਸ ਭਾਗ ਤੇ ਵੱਖ-ਵੱਖ ਜੀਵ ਜੰਤੂ ਅਤੇ ਪੇੜ ਪੌਦੇ ਰਹਿੰਦੇ ਹਨ ਉਸ ਨੂੰ ਜੀਵ ਮੰਡਲ ਕਹਿੰਦੇ ਹਨ ਇਸ ਨੂੰ ਜੀਵ ਪੱਟੀ ਵੀ ਕਿਹਾ ਜਾਂਦਾ ਹੈ ਇਹ ਧਰਤੀ ਦੀ ਤਹਿ ਤੋਂ ਕੁਝ ਇਹ ਠਾਂ ਪਾਣੀ ਵਿੱਚ ਅਤੇ ਧਰਤੀ ਦੀ ਤਹਿ ਤੋਂ ਕੁਝ ਉੱਪਰ ਹਵਾ ਤੱਕ ਫੈਲਿਆ ਹੈ ਪ੍ਰਸ਼ਨ ਨੰਬਰ 11 ਜੀਵ ਮੰਡਲ ਦਾ ਪ੍ਰਮੁੱਖ ਪਾਣੀ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉੱਤਰ ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਇਹੜ ਲਿਖੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ। ਨੰਬਰ 1 ਮਨੁੱਖ ਨੂੰ ਬਾਦੀ ਜਨਸੰਖਿਆ ਦੇ ਰੋਕ ਲਗਾਉਣੀ ਚਾਹੀਦੀ ਹੈ। ਨੰਬਰ 2 ਕੁਦਰਤੀ ਸਾਧਨਾਂ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਨੰਬਰ 3 ਮਨੁੱਖ ਨੂੰ ਜੀਓ ਅਤੇ ਜੀਣ ਦਿਓ ਦਾ ਨਿਯਮ ਅਪਣਾਉਣਾ ਚਾਹੀਦਾ ਹੈ। ਖਾਲੀ ਥਾਂਵਾਂ ਭਰੋ। ਨੰਬਰ 1 ਡੈਸ਼ ਸਭ ਤੋਂ ਛੋਟਾ ਮਹਾਦੀਪ ਹੈ। ਆਸਟ੍ਰੇਲੀਆ। ਨੰਬਰ 2 ਡੈਸ਼ ਦੂਸਰੇ ਨੰਬਰ ਤੇ ਵੱਡਾ ਮਹਾਦੀਪ ਹੈ ਅਫਰੀਕਾ ਨੰਬਰ 3 ਆਰਕਟਿਕ ਸਾਗਰ ਨੇ ਡੈਸ਼ ਧਰੁਵ ਚਫੇਰਿਓਂ ਘੇਰਿਆ ਹੋਇਆ ਹੈ ਉਤਰੀ ਧਰੁਵ ਨੰਬਰ 4 ਦੱਖਣੀ ਮਹਾਸਾਗਰ ਨੇ ਡੈਸ਼ ਮਹਾਦੀਪ ਨੂੰ ਘੇਰਿਆ ਹੋਇਆ ਹੈ ਦੱਖਣੀ ਅਮਰੀਕਾ ਧਰਤੀ ਦਾ 2/3 ਹਿੱਸਾ ਡੈਸ਼ ਨੇ ਘੇਰਿਆ ਹੋਇਆ ਹੈ ਪਾਣੀ ਨੰਬਰ 6 ਡੈਸ਼ ਮਹਾਦੀਪ ਨੂੰ ਚਿੱਟਾ ਮਹਾਦੀਪ ਆਖਦੇ ਹਨ ਅੰਟਾਰਕਟਿਕ ਨੰਬਰ 7 ਡੈਸ਼ ਪਰਿਮੰਡਲ ਨੂੰ ਤਿੰਨੋਂ ਪਰਿਮੰਡਲ ਪ੍ਰਭਾਵਿਤ ਕਰਦੇ ਹਨ ਜੀਵ ਇਸ ਤਰ੍ਹਾਂ ਬੱਚਿਓ ਜਿਹੜਾ ਪਾਠ ਹੈ ਕੰਪਲੀਟ ਹੋ ਗਿਆ ਤੇ ਇਸ ਤੋਂ ਇਲਾਵਾ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੇ ਵੀਡੀਓ ਕੋ ਇਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵਧੀਆ ਲੱਗੀ ਤਾਂ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਧੰਨਵਾਦ